ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕੀ ਸੋਭਾ ਚੈਨਲ ਤੇ ਤੁਹਾਡਾ ਸਵਾਗਤ ਹੈ ਮਹਾਨ ਸਿੱਖ ਵਿਦਵਾਨ ਪੰਥ ਰਤਨ ਸ੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਜਿਨ੍ਹਾਂ ਦਾ ਜਨਮ ਸਨ 1934 ਨੂੰ ਮਾਤਾ ਰਾਮ ਕੌਰ ਜੀ ਦੇ ਪਾਵਨ ਕੁੱਖੋਂ ਬਾਬਾ ਕਰਤਾਰ ਸਿੰਘ ਜੀ ਦੇ ਘਰ ਇਲਾਕਾ ਲਖ ਮਰਵਤ ਜ਼ਿਲ੍ਹਾ ਬੰਨੂ ਵਿੱਚ ਹੋਇਆ ਇਹ ਇਲਾਕਾ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਮਸਕੀਨ ਜੀ ਦੀ ਇੱਕ ਵੱਡੀ ਭੈਣ ਸੀ ਬੀਬੀ ਸੁਜਾਨ ਕੌਰ ਇੱਕ ਉਹਨਾਂ ਦਾ ਛੋਟਾ ਭਰਾ ਵੀ ਸੀ ਜੋ ਛੋਟੀ ਉਮਰ ਦੇ ਵਿੱਚ ਚੇਚਕ ਦੀ ਬਿਮਾਰੀ ਦੇ ਕਰਕੇ ਅਕਾਲ ਚਲਾਣਾ ਕਰ ਗਿਆ ਮਸਕੀਨ ਜੀ ਦੱਸਦੇ ਨੇ ਕਿ ਜਦੋਂ ਮੈਂ ਥੋੜਾ ਜਿਹਾ ਵੱਡਾ ਹੋਇਆ ਮਾਪੇ ਨੇ ਖਾਲਸਾ ਸਕੂਲ ਦੇ ਵਿੱਚ ਪੜਨ ਦੇ ਲਈ ਪਾ ਦਿੱਤਾ ਫਿਰ ਅੱਗੇ ਚੱਲ ਕੇ ਗਵਰਨਮੈਂਟ ਹਾਈ ਸਕੂਲ ਦੇ ਵਿੱਚ ਪੜਨ ਲੱਗ ਪਏ 1947 ਨੂੰ ਜਦੋਂ ਵੰਡ ਹੋਈ ਪੰਜਾਬ ਉੱਜੜਿਆ ਉਦੋਂ ਵੰਡ ਦੇ ਸਮੇਂ ਪੜਾਈ ਵਿੱਚੇ ਛੱਡਣੀ ਪਈ ਪੂਰੀ ਨਾ ਹੋ ਸਕੇ ਕਿਸੇ ਤਰ੍ਹਾਂ ਨਾਲ ਬਚਦੇ ਬਚਾਉਂਦੇ ਵੰਡ ਤੋਂ ਬਾਅਦ ਭਾਰਤ ਦੇ ਸ਼ਹਿਰ ਅਲਵਰ ਰਾਜਸਥਾਨ ਦੇ ਵਿੱਚ ਪਹੁੰਚ ਗਏ ਸਾਰਾ ਪਰਿਵਾਰ ਬਚ ਗਿਆ ਇਥੇ ਥੋੜੇ ਦਿਨ ਸਕੂਲ ਪੜਨ ਦੇ ਲਈ ਗਏ ਅਲਵਰ ਦੇ ਵਿੱਚ ਪਰ ਜੀ ਨਾ ਲੱਗਾ ਜਿਸ ਕਰਕੇ ਪੜਾਈ ਵਿੱਚੇ ਛੱਡਣੀ ਪਈ ਫਿਰ ਥੋੜੇ ਦਿਨਾਂ ਦੇ ਬਾਅਦ ਰੇਲਵੇ ਸਟੇਸ਼ਨ ਤੇ ਡਿਊਟੀ ਮਿਲ ਗਈ ਰੇਲ ਚਲਾਉਣੀ ਸਿੱਖਣ ਲੱਗ ਪਏ ਪਰ ਥੋੜੇ ਦਿਨਾਂ ਦੇ ਬਾਅਦ ਉਥੋਂ ਵੀ ਦਿਲ ਉਚਾਟ ਹੋ ਗਿਆ ਇੱਕ ਦੋ ਕੰਮ ਹੋਰ ਵੀ ਕੀਤੇ ਪਰ ਉਹਨਾਂ ਦੇ ਵਿੱਚ ਵੀ ਮਨ ਨਾ ਲੱਗਾ ਸਾਰੇ ਕੰਮਕਾਰ ਛੱਡ ਕੇ ਅਖੀਰ ਕਰਦੇ ਵਿੱਚ ਬਹਿ ਗਏ। ਮਸਕੀਨ ਜੀ ਦਾ ਹਿਰਦਾ ਬੜਾ ਕੋਮਲ ਸੀ। ਬਚਪਨ ਤੋਂ ਅਮਰਤ ਛਕਿਆ ਹੋਇਆ, ਨਾਮ ਬਾਣੀ ਦੇ ਨਿਮਮੀ ਸੀ। ਬਚਪਨ ਤੋਂ ਜਪ ਵੀ ਕਰਦੇ ਸੀ, ਗੁਰੂ ਘਰੇ ਆਉਂਦੇ ਜਾਂਦੇ। ਜਿਸ ਕਰਕੇ ਦਿਲ ਦੇ ਵਿੱਚ ਇੱਕ ਅਜੀਬ ਜਿਹੀ ਤੜਫ ਸੀ। ਇਸੇ ਤੜਫ ਦੇ ਚੱਲਦਿਆਂ ਹੋਇਆਂ ਇੱਕ ਦਿਨ ਪਰਿਵਾਰ ਨੂੰ ਬਿਨਾਂ ਦੱਸਿਆ ਰਾਤ ਨੂੰ ਚੁੱਪ ਚਾਪ ਕਰ ਤੋਂ ਬਾਅਦ ਅਣਜਾਣ ਤੇ ਲੰਬੇ ਸਫ਼ਰ ਤੇ ਨਿਕਲ ਪਏ ਇਸ ਸਫ਼ਰ ਦੇ ਵਿੱਚ ਮਸਕੀਨ ਜੀ ਹੋਣੀ ਵੱਖ-ਵੱਖ ਅਸਥਾਨਾਂ ਤੇ ਫਿਰਦੇ ਰਹੇ ਸਾਧੂਆਂ ਸੰਤਾਂ ਮਹਾਤਮਾ ਦੇ ਦਰਸ਼ਨ ਕੀਤੇ ਕਈਆਂ ਨੂੰ ਮਿਲੇ ਇਦਾਂ ਚੱਲਦਿਆਂ ਹੋਇਆਂ ਇਸ ਸਫ਼ਰ ਦੇ ਵਿੱਚ ਆਪ ਜੀ ਨੂੰ ਇੱਕ ਵਾਰ ਬਾਬਾ ਬਲਵੰਤ ਸਿੰਘ ਜੀ ਜੋ ਨਿਰਮਲੇ ਮਹਾਤਮਾ ਸੀ ਉਨ੍ਹਾਂ ਦੀ ਸੰਗਤ نصیਬ ਹੋਈ। ਬਾਬਾ ਬਲਵੰਤ ਸਿੰਘ ਜੀ ਜਿੱਥੇ ਮਹਾਨ ਵਿਦਵਾਨ ਗੁਰਸਿੱਖ ਸੀ ਉਥੇ ਨਾਲ ਉਹ ਫਿਰ ਤੁਰ ਕੇ ਗੁਰੂ ਘਰ ਦਾ ਪ੍ਰਚਾਰ ਕਰਦੇ ਸੀ ਕਥਾਵਾਚਕ ਸਨ। ਬਾਬਾ ਬਲਵੰਤ ਸਿੰਘ ਜੀ ਦੇ ਕੋਲ ਰਹਿੰਦੇ ਆ ਮਸਕੀਨ ਜੀ ਨੇ ਗੁਰਬਾਣੀ ਦਾ ਅਧਿਆਨ ਕੀਤਾ। ਕਥਾ ਸਿੱਖੀ। ਕਈ ਸਾਲ ਬਾਬਾ ਬਲਵੰਤ ਸਿੰਘ ਜੀ ਦੀ ਸੰਗਤ ਦੇ ਵਿੱਚ ਰਹਿਏ। ਬਾਬਾ ਜੀ ਦੇ ਨਾਲ-ਨਾਲ ਚੱਲਦੇ ਆਂ ਥਾਂ-ਥਾਂ ਤੇ ਪਰਮਣ ਕਰਦੇ ਆਂ ਵਿਦਿਆ ਪੜ੍ਹਦੇ ਆਂ ਹੋਇਆ ਨਾਲ-ਨਾਲ ਮਸਕੀਨ ਜੀ ਵੀ ਕਥਾ ਕਰਨ ਲੱਗ ਪਏ ਮਸਕੀਨ ਜੀ ਹੁਣਾਂ ਦਾ ਕੋਮਲ ਸੁਭਾਅ ਵੇਖ ਕੇ ਬਾਬਾ ਬਲਵੰਤ ਸਿੰਘ ਜੀ ਨੇ ਉਹਨਾਂ ਨੂੰ ਖਿਤਾਬ ਦਿੱਤਾ ਮਸਕੀਨ ਇਹ ਖਿਤਾਬ ਵਿਦਿਆ ਦਾਤੇ ਬਾਬਾ ਬਲਵੰਤ ਸਿੰਘ ਜੀ ਦਾ ਦਿੱਤਾ ਹੋਇਆ ਹੈ ਮਸਕੀਨ ਦਾ ਅਰਥ ਹੈ ਨਿਮਰਤਾਵਾਣ ਨਿਮਾਣਾ ਗੁਰਬਾਣੀ ਦੇ ਵਿੱਚ ਵੀ ਵਾਰ-ਵਾਰ ਸੱਚੇ ਪਾਤਸ਼ਾਹ ਨੇ ਮਸਕੀਨ ਸ਼ਬਦ ਵਰਤਿਆ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ। ਜਾਂ ਹੋਰ ਵੀ ਥਾਂ ਤੇ ਪੰਕਤੀਆਂ ਦੇ ਵਿੱਚ ਦਰਜ ਹੈ। ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰਾ। ਤੋਂ ਉਸਤਾਦ ਬਾਬਾ ਬਲਵੰਤ ਸਿੰਘ ਜੀ ਦੇ ਵੱਲੋਂ ਦਿੱਤਾ ਹੋਇਆ ਇਹ ਲਕਬ ਉਸਤਾਦ ਦੀ ਵਿਦਿਆ ਦਾਤੇ ਦੀ ਅਸੀਸ ਜਾਣ ਕੇ ਮਸਕੀਨ ਜੀ ਨੇ ਇਸ ਦੀ ਵੀ ਤੌਰ ਤੇ ਆਪਣੇ ਨਾਮ ਦੇ ਨਾਲ ਪੱਕੇ ਤੌਰ ਤੇ ਜੋੜ ਲਿਆ। ਕਈ ਸਾਲਾਂ ਬਾਅਦ ਉਸਤਾਦ ਜੀ ਦੇ ਕੋਲੋਂ ਵਿਦਾਇਗੀ ਲੈ ਕੇ ਮਸਕੀਨ ਜੀ ਹੁਣੇ ਆਪਣੇ ਘਰ ਨੂੰ ਪਰਤੇ, ਘਰ ਨੂੰ ਵਾਪਸ ਮੁੜੇ। ਹੁਣ ਪਾਰਸ ਸ਼ੋਹ ਦੇ ਨਾਲ ਮਸਕੀਨ ਜੀ ਦਾ ਜੀਵਨ ਸੋਨੇ ਵਰਗਾ ਬਣ ਚੁੱਕਿਆ ਸੀ। ਘਰ ਆਏ ਪਤਾ ਲੱਗਾ ਕਵਿਤਾ ਜੀ ਤੇ ਅਕਾਲ ਚਲਾਣਾ ਕਰ ਗਏ ਨੇ ਤੇ ਵੱਡੀ ਭੈਣ ਦਾ ਵੀ ਵਿਆਹ ਹੋ ਚੁੱਕਿਆ ਹੈ ਘਰ ਦੇ ਵਿੱਚ ਮਾਂ ਕੱਲੀ ਰਹਿ ਜਾਂਦੀ ਹੈ ਜਦੋਂ ਘਰ ਦੇ ਵਿੱਚ ਆਏ ਮਾਂ ਨੂੰ ਮਿਲੇ ਘਰ ਦਾ ਮਾਹੌਲ ਵੇਖਿਆ ਮਾਂ ਨੇ ਜਵਾਨ ਪੁੱਤ ਨੂੰ ਗੱਲ ਦੇ ਨਾਲ ਲਾਇਆ ਥੋੜੇ ਦਿਨਾਂ ਦੇ ਬਾਅਦ ਮਾਂ ਨੇ ਰਿਸ਼ਤਾ ਵੇਖ ਕੇ ਜਵਾਨ ਹੋਏ ਆਪਣੇ ਪੁੱਤ ਦਾ ਆਨੰਦ ਕਾਰਜ ਕਰਵਾ ਦਿੱਤਾ ਸਰਦਾਰ ਹਰਨਾਮ ਸਿੰਘ ਜੀ ਅਹੂਜਾ ਉਨ੍ਹਾਂ ਦੇਤੀ ਬੀਬੀ ਸੁੰਦਰ ਕੌਰ ਦੇ ਨਾਲ ਵਿਸਾਖ ਮਹੀਨੇ 1957 ਨੂੰ ਮਸਕੀਨ ਜੀ ਦਾ ਗੁਰਮਤ ਅਨੁਸਾਰ ਆਨੰਦ ਕਾਰਜ ਹੋਇਆ ਲਾਵਾ ਹੋਈਆਂ ਵਿਆਹ ਤੋਂ ਬਾਅਦ ਗ੍ਰਿਸ਼ਟ ਧਰਮ ਤੋਂ ਬਾਅਦ ਮਸਕੀਨ ਜੀ ਕਥਾ ਦੀ ਸੇਵਾ ਦੇ ਵਿੱਚ ਉਸੇ ਤਰ੍ਹਾਂ ਲਗਾਤਾਰ ਜਾਰੀ ਰਹੇ ਸਾਰੇ ਦੇਸ਼ ਦੇ ਵਿੱਚ ਫਿਰ ਤੁਰ ਕੇ ਗੁਰੂ ਘਰ ਦਾ ਪ੍ਰਚਾਰ ਕਰਦੇ ਰਹੇ ਸਿੱਖੀ ਅਸੂਲਾਂ ਦੇ ਬੜੇ ਪਰਪੱਕ ਸੀ ਕਹਿਣੀ ਕਥਨੀ ਦੇ ਵਿੱਚ ਪੂਰੇ ਸਿੱਖੀ ਅਸੂਲਾਂ ਨੂੰ ਲੈ ਕੇ ਗੁਰੂ ਘਰ ਦੀ ਮਰਿਆਦਾ ਨੂੰ ਲੈ ਕੇ ਅਕਸਰ ਪ੍ਰਬੰਧਕਾਂ ਦੇ ਨਾਲ ਪ੍ਰਬੰਧਕ ਕਮੇਟੀ ਦੇ ਨਾਲ ਵਾਧ ਘਾਟ ਹੋ ਜਾਂਦੀ ਇਸ ਪ੍ਰਬੰਧਕ ਦੇ ਬਾਰੇ ਇਸ ਪ੍ਰਬੰਧ ਦੇ ਬਾਰੇ ਮਸਕੀਨ ਜੀ ਨੇ ਆਪ ਬਾਅਦ ਦੇ ਵਿੱਚ ਇੱਕ ਖਾਸ ਕਿਤਾਬ ਲਿਖੀ ਜਿਹਦੇ ਵਿੱਚ ਗੁਰੂ ਘਰ ਦੇ ਪ੍ਰਬੰਧਕਾਂ ਦਾ ਉਹਨਾਂ ਨੇ ਵਿਸਤਾਰ ਦੇ ਨਾਲ ਜ਼ਿਕਰ ਕੀਤਾ ਹੈ। ਭਾਰਤ ਦਾ ਇੱਕ ਬੜਾ ਪੁਰਾਣਾ ਸ਼ਹਿਰ ਹੈ ਓੰਕਾਰੇਸ਼ਵਰ। ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਚਰਨ ਪਾਏ ਸੀ। ਇੱਥੇ ਸੱਚੇ ਪਾਤਸ਼ਾਹ ਇੱਕ ਪੰਡਤ ਦੇ ਨਾਲ ਮਿਲੇ ਵਿਚਾਰ ਕੀਤੀ। ਰਾਮਕਲੀ ਰਾਗ ਦੇ ਵਿੱਚ ਓੰਕਾਰ ਨਾਮ ਦੀ ਬਾਣੀ ਮਹਾਰਾਜ ਨੇ ਇਥੇ ਉਚਾਰਨ ਕੀਤੇ। ਮਸਕੀਨ ਜੀ ਨੂੰ ਜਦੋਂ ਇਸ ਸਥਾਨ ਦਾ ਪਤਾ ਚੱਲਿਆ ਪਰਮਣ ਕਰਦਿਆਂ ਹੋਇਆਂ ਉਹਨਾਂ ਵੇਖਿਆ ਵੀ ਇੱਥੇ ਕੋਈ ਸਥਾਨ ਨਹੀਂ ਹੈ। ਮਸਕੀਨ ਜੀ ਨੇ ਸੰਗਤ ਦੇ ਸਹਿਯੋਗ ਦੇ ਨਾਲ ਤੇ ਕੁਝ ਆਪ ਕਥਾ ਕਰਕੇ ਜੋ ਮਾਇਆ ਇਕੱਠੀ ਹੋਈ ਉਹਨੂੰ ਜੋੜ ਕੇ ਇੱਕ ਛੋਟਾ ਜਿਹਾ ਸਥਾਨ ਬਣਾਉਣਾ ਸ਼ੁਰੂ ਕੀਤਾ। ਇਥੇ ਅੱਜ ਛੋਟਾ ਸਥਾਨ ਬਣਿਆ ਹੋਇਆ ਹੈ, ਸੁੰਦਰ ਸਥਾਨ ਹੈ। ਇੱਕ ਵਾਰ ਦਾਸ ਨੇ ਵੀ ਇਹਦੇ ਦਰਸ਼ਨ ਕੀਤੇ ਨੇ ਸਮਾ ਚੱਲਦਾ ਗਿਆ ਮਸਕੀਨ ਜੀ ਨੇ ਇੱਕ ਵਾਰ ਅਲਵਰ ਦੇ ਵਿੱਚ ਗੁਰਮਤ ਸਮਾਗਮ ਕਰਵਾਉਣ ਦੀ ਮਨ ਦੇ ਵਿੱਚ ਵਿਚਾਰ ਬਣਾਇ ਤੇ ਗੁਰੂ ਦੀ ਕਿਰਪਾ ਦੇ ਸਦਕਾ ਇਹ ਪਵਿੱਤਰ ਫੁਰਨਾ ਪੂਰਾ ਹੋਇਆ ਗੁਰਮਤ ਸਮਾਗਮ ਆਰੰਭ ਹੋਇਆ ਸਮੇਂ ਦੇ ਨਾਲ ਚੱਲਦਿਆਂ ਚੱਲਦਿਆਂ ਅੱਜ ਇਹ ਵਿਸ਼ਾਲ ਗੁਰਮਤ ਸਮਾਗਮ ਅਲਵਰ ਬਣ ਚੁੱਕਿਆ ਹੈ ਜੋ ਮਸਕੀਨ ਜੀ ਦੇ ਚਲੇ ਜਾਣ ਤੋਂ ਕਈ ਸਾਲਾਂ ਬਾਅਦ ਵੀ ਗੁਰੂ ਕਿਰਪਾ ਦੇ ਸਦਕਾ ਹਰ ਸਾਲ ਲਗਾਤਾਰ ਮਨਾਇਆ ਜਾਂਦਾ ਹੈ ਇਸ ਤੋਂ ਇਲਾਵਾ ਨਾਲ ਦੀ ਨਾਲ ਮਸਕੀਨ ਜੀ ਅਲਵਰ ਦੇ ਵਿੱਚ ਕਈ ਜਤੇਮ ਬੱਚਿਆਂ ਨੂੰ ਸੰਭਾਲਦੇ ਰਹੇ ਵਿਧਵਾ ਇਸਤਰੀਆਂ ਦੀ ਸੇਵਾ ਹੋਰ ਲੋੜਵੰਦ ਆਰਥਿਕ ਲੋਕ ਉਹਨਾਂ ਦੀ ਸਹਾਇਤਾ ਮਸਕੀਨ ਜੀ ਕਰਦੇ ਰਹੇ ਮਸਕੀਨ ਜੀ ਨੇ ਲਗਭਗ ਸਾਰਾ ਹਿੰਦੁਸਤਾਨ ਥਾਈਲੈਂਡ ਪਾਕਿਸਤਾਨ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਫਿਰ ਇਸੇ ਤਰ੍ਹਾਂ ਬਗਦਾਦ ਇਰਾਨ ਇਹ ਸਾਰੇ ਇਲਾਕਿਆਂ ਦਾ ਥਾਂ-ਥਾਂ ਤੇ ਪਰਮਨ ਕੀਤਾ तकरीबन 50 ਸਾਲ ਕਥਾ ਦੇ ਰਾਹੀ ਗੁਰੂ ਪੰਥ ਦੀ ਸੇਵਾ ਕਰਦੇ ਰਹੇ ਮਸਕੀਨ ਜੀ ਭਾਸ਼ਾ ਦੇ ਪਾਸੇ ਤੋਂ ਗੁਰਮੁਖੀ ਹਿੰਦੀ ਉਰਦੂ ਫਾਰਸੀ ਅੰਗਰੇਜ਼ੀ ਇਨਾ ਪਾਸ਼ਾਵਾ ਦੇ ਚੰਗੇ ਗਿਆਤਾ ਸੀ ਉਹ ਵਾਰ-ਵਾਰ ਕਥਾ ਦੇ ਵਿੱਚ ਉਰਦੂ ਫਾਰਸੀ ਦੇ ਸ਼ੇਰਾਂ ਨੂੰ ਬਾਕੂਬੀ ਬੋਲਦੇ ਨੇ ਗੁਰਮੁਖੀ ਤੇ ਉਰਦੂ ਦੇ ਵਿੱਚ ਮਸਕੀਨ ਜੀ ਨੇ ਖੁਦ ਵੀ ਬਹੁਤ ਸਾਰੇ ਸ਼ੇਰ ਤੇ ਰੁਬਾਈਆਂ ਆਪ ਲਿਖੀਆਂ ਤੇ ਅਕਸਰ ਉਹ ਕਥਾ ਦੇ ਵਿੱਚ ਸੁਣਾਉਂਦੇ ਵੀ ਰਹੇ ਸਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਹਰ ਸਾਲ ਕਥਾ ਕਰਨ ਦੇ ਲਈ ਪਹੁੰਚਦੇ ਤਨ ਗੁਰੂ RAM DAS ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਜਿੰਨੇ ਵੀ ਦਿਨ ਹੋਣ ਇਹ ਸਾਰੇ ਦਿਨ ਮੰਜੀ ਸਾਹਿਬ ਤੋਂ ਮਸਕੀਨ ਜੀ ਹਰ ਸਾਲ ਕਥਾ ਕਰਦੇ ਰਹੇ ਅਖੀਰ ਤੱਕ ਮੰਜੀ ਸਾਹਿਬ ਦੀ ਬਹੁਤ ਸਾਰੀ ਕਥਾ ਆਉਣ ਰਿਕਾਰਡ ਹੈ ਜੋ ਹੁਣ ਵੀ ਕਈ ਚੈਨਲਾਂ ਤੇ ਚੱਲਦੀ ਹੈ ਸੁਣਨ ਨੂੰ ਮਿਲਦੀ ਹੈ ਮਸਕੀਨ ਜੀ ਦੇ ਆਪਣੇ ਦੱਸੇ ਅਨੁਸਾਰ ਜਦੋਂ ਧਰਮ ਯੁੱਧ ਮੋਰਚਾ ਚੱਲ ਰਿਹਾ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਥਾ ਦੀ ਸਮਾਪਤੀ ਹੋਣੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਤੇ ਸ੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰਖ ਮਸਕੀਨ ਜੀ ਨੂੰ ਆਪਣੇ ਵੱਲੋਂ ਵੱਖਰਾ ਸਿਰ ਪਾਉ ਦੇਂਦੇ ਤੇ ਨਾਲ ਜਥੇ ਦੇ ਵੱਲੋਂ ਟਕਸਾਲ ਦੇ ਵੱਲੋਂ ਆਪਣੇ ਵੱਲੋਂ ਬਹੁਤ ਸਾਰੀ ਮਾਇਆ ਦੀ ਸੇਵਾ ਵੀ ਕਰਦੇ ਸੰਤਾਂ ਦਾ ਮਸਕੀਨ ਜੀ ਦੇ ਨਾਲ ਬੜਾ ਗਹਿਰਾ ਪਿਆਰ ਸੀ 1984 ਕੱਲੂਕਾਰੇ ਦੇ ਸਮੇਂ ਸਰਕਾਰੀ ਜ਼ੁਲਮਾਂ ਦੇ ਪੁਰਜ਼ੋਰ ਵਿਰੋਧਤਾ ਕੀਤੀ ਥਾਂ-ਥਾਂ ਤੇ ਸਟੇਜ ਤੋਂ ਜ਼ਾਲਮ ਹਕੂਮਤ ਦੇ ਅਤਿਆਚਾਰੀ ਰੂਪ ਨੂੰ ਬਿਆਨ ਕੀਤਾ ਸੰਗਤ ਦੇ ਵਿੱਚ ਜ਼ਾਹਰ ਕੀਤਾ ਖਾਸ ਕਰਕੇ ਨਵੰਬਰ 84 ਸਿੱਖ ਨਸ਼ਲ ਕੁਸੀ ਦੇ ਬਾਰੇ ਮਸਕੀਨ ਜੀ ਨੇ ਵਾਰ-ਵਾਰ ਸੰਗਤ ਦੇ ਵਿੱਚ ਪ੍ਰਚਾਰ ਕੀਤਾ ਇਸ ਗਰਮ ਪ੍ਰਚਾਰ ਦੇ ਕਰਕੇ ਮਸਕੀਨ ਜੀ ਦੇ ਉੱਪਰ ਕਈ ਤਰ੍ਹਾਂ ਦੇ ਕੇਸ ਵੀ ਪਾਏ ਗਏ। ਹਰ ਦੂਜੇ ਚੌਥੇ ਦਿਨ ਉਹਨਾਂ ਨੂੰ ਕੋਟਕਚੈਰੀ ਦੇ ਵਿੱਚ ਜਾਣਾ ਪੈਂਦਾ ਸੀ। ਮਸਕੀਨ ਜੀ ਨੇ ਬਾਅਦ ਦੇ ਵਿੱਚ ਖੁੱਲੀ ਕਥਾ ਦੇ ਨਾਲ-ਨਾਲ ਕਈ ਵੱਡੀਆਂ ਬਾਣੀਆਂ ਦੀ ਵੀ ਕਥਾ ਕੀਤੀ ਜਿਵੇਂ ਜਪਜੀ ਸਾਹਿਬ, ਆਸਾ ਦੀ ਵਾਰ, ਬਾਬਾ ਫਰੀਦ ਜੀ ਦੇ ਸ਼ਲੋਕ, ਗਾਥਾ ਆਦਿ ਜਿਹੜੀਆਂ ਬਾਣੀਆਂ ਨੇ ਇਹਨਾਂ ਦੇ ਵਿਚਾਰ ਉਹਨਾਂ ਰਿਕਾਰਡ ਕਰਵਾਏ। ਕਥਾ ਦੇ ਨਾਲ-ਨਾਲ ਮਸਕੀਨ ਜੀ ਨੇ ਕਈ ਕਿਤਾਬਾਂ ਵੀ ਲਿਖੀਆਂ ਜਿਵੇਂ ਤੀਜਾ ਨੇਤਰ ਰਮਜ ਤੇ ਰਹਸ ਰਤਨਾਗਰ ਗੁਰੂ ਜੋਤ ਇਹ ਸਾਰੀਆਂ ਕਿਤਾਬਾਂ ਉਹਨਾਂ ਨੇ ਆਪ ਲਿਖੀਆਂ ਜੋ ਹੁਣ ਵੀ ਮਿਲਦੀਆਂ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਦੁਆਰਾ ਉਚਾਰਨ ਕੀਤੀਆਂ ਲਾਵਾਂ ਮਸਕੀਨ ਜੀ ਦੀ ਇਹ ਆਖਰੀ ਕਥਾ ਹੈ ਲਾਵਾਂ ਦੀ ਕਥਾ ਇਹ ਕਥਾ ਮਸਕੀਨ ਜੀ ਨੇ ਕਾਨਪੁਰ ਦੀ ਅਕਾਲੀ ਧਰਮਸ਼ਾਲਾ ਦੇ ਵਿੱਚ 4 ਦਿਨ ਕੀਤੀ 4 ਲਾਵਾ ਇਕ ਲਾਾਂ ਦੀ ਇੱਕ ਇੱਕ ਦਿਨ ਕਥਾ ਇਹ ਮਸਕੀਨ ਜੀ ਦੀ ਲਾਵਾ ਦੀ ਆਖਰੀ ਕਥਾ ਹੈ ਇੱਥੇ ਧਰਮਸ਼ਾਲਾ ਹੁਣ ਵੀ ਮੌਜੂਦ ਹੈ ਇਹਨੂੰ ਅਕਾਲੀ ਧਰਮਸ਼ਾਲਾ ਕਹਿੰਦੇ ਨੇ ਕਾਨਪੁਰ ਦੇ ਵਿੱਚ ਇੱਕ ਵਾਰ ਮੈਂ ਦਰਸ਼ਨ ਕੀਤੇ ਨੇ ਸੰਗਤ ਦੇ ਵੱਲੋਂ ਮਸਕੀਨ ਜੀ ਨੂੰ ਕਈ ਤਰ੍ਹਾਂ ਦੇ ਖਿਤਾਬ ਤੇ ਕਈ ਤਰ੍ਹਾਂ ਦੇ ਸਨਮਾਨ ਚਿੰਨ ਭੇਟਾ ਕੀਤੇ ਗਏ ਅਕਾਲ ਚਲਾਣਾ ਕਰਨ ਤੋਂ ਕੁਝ ਦਿਨ ਬਾਅਦ ਮਾਰਚ ਮਹੀਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਮਸਕੀਨ ਜੀ ਨੂੰ ਗੁਰਮਤਿ ਵਿਦਿਆ ਮਾਰਤੰਡ ਦਾ ਖਿਤਾਬ ਦਿੱਤਾ ਗਿਆ ਗੁਰਮਤਿ ਵਿਦਿਆ ਮਾਰਤੰਡ ਦਾ ਮਤਲਬ ਹੈ ਗੁਰਮਤਿ ਵਿਦਿਆ ਦਾ ਸੂਰਜ ਸੂਰਜ ਦੀ ਤਰ੍ਹਾਂ ਗੁਰਮਤਿ ਨੂੰ ਫੈਲਾਉਣ ਵਾਲਾ ਇਹ ਕਿਤਾਬ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ਤਖਤ ਸ੍ਰੀ ਪਟਨਾ ਸਾਹਿਬ ਦੇ ਵੱਲੋਂ ਮਸਕੀਨ ਜੀ ਨੂੰ ਪੰਥ ਰਤਨ ਦਾ ਖਿਤਾਬ ਦਿੱਤਾ ਗਿਆ। ਐਸਜੀਪੀਸੀ ਦੇ ਵੱਲੋਂ ਮਸਕੀਨ ਜੀ ਨੂੰ ਭਾਈ ਗੁਰਦਾਸ ਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਅਖੀਰਲੇ ਸਮੇਂ ਦੇ ਵਿੱਚ ਮਸਕੀਨ ਜੀ ਯੂਪੀ ਦੇ ਸ਼ਹਿਰ ਇਟਾਵਾ ਦੇ ਵਿੱਚ ਇੱਕ ਪਰਿਵਾਰ ਦੇ ਕੋਲ ਰੁਕੇ ਹੋਏ ਸੀ। ਹਰ ਸਾਲ ਫਰਵਰੀ ਦੇ ਮਹੀਨੇ ਮਸਕੀਨ ਜੀ ਇਸ ਪਰਿਵਾਰ ਦੇ ਕੋਲ ਰੁਕਦੇ ਸੀ ਤੇ ਇਟਾਵਾ ਕਥਾ ਵੀ ਕਰਦੇ ਸੀ ਆਖਰੀ ਸਮੇਂ ਵੀ ਮਸਕੀਨ ਜੀ ਇੱਥੇ ਰੁਕੇ ਹੋਏ ਸੀ ਇੱਥੇ ਰਹਿੰਦਿਆਂ ਹੋਇਆਂ ਇਟਾਵਾ 70 71 ਸਾਲ ਦੀ ਉਮਰ ਦੇ ਵਿੱਚ 18 ਫਰਵਰੀ 2005 ਨੂੰ ਸਵੇਰੇ 8:00 ਵਜੇ ਦੇ ਕਰੀਬ ਇਹ ਮਹਾਨ ਸ਼ਖਸੀਅਤ ਇਹ ਨਿਰਮਲ ਹਿਰਦਾ ਗਿਆਨ ਦਾ ਸਾਗਰ ਇਸ ਸਰੀਰ ਨੂੰ ਤਿਆਗ ਕੇ ਗੁਰੂ ਚਰਨਾ ਦੇ ਵਿੱਚ ਜਾ ਬਿਰਾਜਿਆ ਜਿਸ ਕਮਰੇ ਦੇ ਵਿੱਚ ਮਸਕੀਨ ਜੀ ਨੇ ਆਪਣਾ ਸਰੀਰ त्यागਿਆ ਉਹ ਕਮਰਾ ਅੱਜ ਵੀ ਮੌਜੂਦ ਹੈ ਪਰਿਵਾਰ ਨੇ ਸੰਭਾਲ ਕੇ ਰੱਖਿਆ ਹੋਇਆ ਹੈ ਪੌੜੀਆਂ ਚੜ ਕੇ ਉੱਪਰ ਜਾਂਦਾ ਹੈ ਚੁਬਾਰਾ ਬਣਿਆ ਹੋਇਆ ਹੈ ਪਰਿਵਾਰ ਨੇ ਮਸਕੀਨ ਜੀ ਦੀ ਯਾਦ ਦੇ ਵਿੱਚ ਕੁਝ ਨਿਸ਼ਾਨੀਆਂ ਅੱਜ ਵੀ ਸੰਭਾਲ ਕੇ ਰੱਖੀਆਂ ਨੇ ਮਸਕੀਨ ਜੀ ਅਕਸਰ ਕਥਾ ਕਰਦੇ ਹੁੰਆਂ ਦੋ ਸ਼ੇਰ ਆਖਰੀ ਸਮੇਂ ਦੇ ਵਿੱਚ ਬੜੇ ਪੜਦੇ ਰਹੇ ਇੱਕ ਤੇ ਸੀ ਬੜੇ ਸ਼ੌਕ ਸੇ ਸੁਣ ਰਹਾ ਥਾ ਜਮਾਨਾ ਹਮ ਹੀ ਸੋ ਗਏ ਦਾਸ ਤਾਂ ਕਹਤੇ ਕਹਤੇ ਤੇ ਦੂਸਰਾ ਉਹ ਅਕਸਰ ਪੜਦੇ ਸੀ ਹਮਾਰੇ ਬਾਦ ਮਹਿਫਲ ਮੇਂ ਅੰਧੇਰਾ ਰਹੇਗਾ ਬਹੁਤ ਚਿਰਾਗ ਜਲਾਓਗੇ ਰੋਸ਼ਨੀ ਕੇ ਲਈਏ ਇਹ ਗੱਲ ਬਿਲਕੁਲ ਸੱਚ ਹੈ ਚਾਹੇ ਅੱਜ ਬਹੁਤ ਸਾਰੇ ਪ੍ਰਚਾਰਕ ਨੇ ਪੰਥ ਦੇ ਵਿੱਚ ਪਰਮਸਕੀਨ ਜੀ ਦੇ ਜਾਣ ਤੋਂ ਬਾਅਦ ਕਥਾ ਵਾਲੇ ਪਾਸੇ ਤੋਂ ਤੇ ਲਗਭਗ ਹਨੇਰਾ ਹੀ ਹੈ ਅਖੀਰ ਦੇ ਵਿੱਚ ਅਸੀਂ ਇਹ ਹੀ ਬੇਨਤੀ ਕਰਾਂਗੇ ਮਸਕੀਨ ਜੀ ਦੀ ਕਥਾ ਤੇ ਉਹਨਾਂ ਦੇ ਵੱਲੋਂ ਗੁਰਮਤ ਦੇ ਸਬੰਧੀ ਲਿਖੀਆਂ ਕਿਤਾਬਾਂ ਨੂੰ ਪੜ੍ਹ ਕੇ ਆਪਣੇ ਜੀਵਨ ਦੇ ਵਿੱਚ ਤਾਰਨ ਕਰੋ ਇਨ੍ਹਾਂ ਕਿਤਾਬਾਂ ਨੂੰ ਪੜ੍ਹਨ ਦੇ ਨਾਲ ਗੁਰੂ ਦਾ ਪਿਆਰ ਹਿਰਦੇ ਦੇ ਵਿੱਚ ਉੱਛਲ-ਉੱਛਲ ਪੈਂਦਾ ਹੈ ਐਸੇ ਗੁਰੂ ਪਿਆਰ ਵਾਲੇ ਨਾਮ ਬਾਣੀ ਦੇ ਰਸੀਏ कहनी ते कथनी ਦੇ ਪੂਰੇ ਮਹਾਪੁਰਖ ਸ੍ਰੀਮਾਨ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਦੇ ਚਰਨਾਂ ਤੇ ਕੋਟਾਨ ਕੋਟ ਨਮਸਕਾਰ ਪ੍ਰਣਾਮ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਸੁਣਨ ਦੇ ਲਈ ਸਾਡੇ ਚੈਨਲ ਤਾਂ ਕਿ ਸੋਭਾ ਦੇ ਨਾਲ ਜੁੜੇ ਰਹੋ ਧੰਨਵਾਦ